ਹੈਲੋ ਦੋਸਤੋ, ਡਿਜੀਟਲ ਕਲਾਸਰੂਮ 'ਚ ਤੁਹਾਡਾ ਸਵਾਗਤ ਹੈ। ਤਾਂ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਸਾਂਝੀ ਕਰਨ ਜਾ ਰਿਹਾ। ਤਾਂ ਪੰਜਾਬ ਸਿਵਲ ਸਰਵਿਸਿਜ਼ ਇਮਤਿਹਾਨ ਦੇ ਵਿੱਚ ਇੱਕ ਬਹੁਤ ਵੱਡਾ ਚੇਂਜ ਲਿਆਤਾ ਗਿਆ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜੋ ਫੇਸਬੁੱਕ ਪ੍ਰੋਫਾਈਲ ਆ ਉਸ ਦੇ ਉੱਤੇ ਇੱਕ ਪੋਸਟ ਜਾਰੀ ਕਰਦੇ ਹੋਏ ਆਪਾਂ ਨੂੰ ਇਸ ਇਨਫੋਰਮੇਸ਼ਨ ਦੇ ਬਾਰੇ ਦੱਸਿਆ। ਤਾਂ ਇੱਥੇ ਲਿਖਿਆ ਕਿ ਪੰਜਾਬ ਸਿਵਲ ਸੇਵਾਵਾਂ ਦਾ ਜੋ ਇਮਤਿਹਾਨ ਹੁੰਦਾ ਸੀਗਾ ਉਸਦਾ ਜੋ ਪੈਟਰਨ ਆ ਉਹ ਬਿਲਕੁਲ UPSC ਦੇ ਅਕੋਰਡਿੰਗ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਤੋਂ ਪਹਿਲਾਂ ਜੋ ਹਰ ਕੈਂਡੀਡੇਟ ਹੁੰਦਾ ਸੀ, ਹਰ ਉਮੀਦਵਾਰ ਹੁੰਦਾ ਸੀਗਾ, ਉਸ ਨੂੰ ਇਸ ਐਗਜ਼ਾਮ ਦੇ ਵਿੱਚ ਬੈਠਣ ਦੇ ਲਈ 4 ਅਟੈਂਪਟ ਮਿਲਦੇ ਸੀਗੇ। ਠੀਕ ਹੈ, ਤਾਂ ਜੇਕਰ ਉਹ ਇਸ ਐਗਜ਼ਾਮ ਦੇ ਵਿੱਚ ਬੈਠਦਾ ਸੀਗਾ ਤਾਂ ਪ੍ਰੀ ਜੋ ਐਗਜ਼ਾਮ ਹੁੰਦਾ ਉਸ ਦੇ ਵਿੱਚ ਉਹ ਬੈਠਦਾ ਸੀ ਤਾਂ ਉਸਦਾ 1 ਕਾਊਂਟ ਗਿਣਿਆ ਜਾਂਦਾ ਸੀਗਾ। ਜਦਕਿ ਹੁਣ ਇਹ ਜੋ 4 ਮੌਕੇ ਸੀਗੇ ਇਹਨਾਂ ਨੂੰ ਵਧਾ ਕੇ ਜਰਨਲ ਕੈਟੇਗਰੀ ਦੇ ਲਈ 4 ਤੋਂ 6 ਕਰ ਦਿੱਤਾ ਗਿਆ। ਜੋ ਪਛੜੀਆਂ ਸ਼੍ਰੇਣੀਆਂ BC ਕੈਟੇਗਰੀ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਲਈ ਇਹਨਾਂ ਮੌਕਿਆਂ ਨੂੰ 9 ਕਰ ਦਿੱਤਾ ਗਿਆ, ਅਤੇ ਜੋ ਅਨੁਸੂਚਿਤ ਜਾਤੀਆਂ ਨੂੰ ਕੈਂਡੀਡੇਟ ਬਿਲੋਂਗ ਕਰਦੇ ਨੇ ਉਹਨਾਂ ਦੇ ਲਈ ਇਹ ਜੋ ਮੌਕੇ ਨੇ ਇਹਨਾਂ ਨੂੰ ਅਨਲਿਮਿਟਡ ਕਰ ਦਿੱਤਾ ਗਿਆ, ਅਸੀਮਿਤ ਮੌਕੇ ਕਰ ਦਿੱਤੇ ਗਏ। ਠੀਕ ਹੈ, ਤਾਂ ਇਹ ਅੱਜ ਇਹਨਾਂ ਨੇ ਚੇਂਜ ਲਿਆਤਾ ਹੈ। ਅਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੈ। ਅਤੇ ਬਸ ਇਹੀ ਜਾਣਕਾਰੀ ਜੋ ਮੈਂ ਤੁਹਾਨੂੰ ਦੇਣ ਦੇ ਲਈ ਇਹ ਜੋ ਵੀਡੀਓ ਲੈਸਨ ਸੀ ਕ੍ਰੀਏਟ ਕੀਤਾ ਹੈ। ਅਤੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੇਕਰ ਤੁਸੀਂ ਮਾਰਕਫੈਡ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਅਤੇ ਤੁਸੀਂ ਉਹਦਾ ਜੋ ਸਟੱਡੀ ਮਟੀਰੀਅਲ ਹੈ ਉਸ ਨੂੰ ਬਾਏ ਕਰਨਾ ਚਾਹੁੰਦੇ ਹੋ ਤਾਂ 7307474774 ਦੇ ਉੱਤੇ ਤੁਸੀਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋ। ਠੀਕ ਹੈ, ਤਾਂ 30-day ਪਲੈਨ ਸੀਗਾ, ਉਸ 30-day ਪਲੈਨ ਦੇ ਵਿੱਚ ਤੁਹਾਨੂੰ ਡੇਲੀ ਨੋਟਸ ਪ੍ਰੋਵਾਈਡ ਕਰਾਉਣੇ ਸੀਗੇ ਅਤੇ ਉਹ ਜੋ ਪਲੈਨ ਹੈ ਉਹ ਚੱਲ ਰਿਹਾ ਅਤੇ ਹੁਣ 10-15 ਦਿਨ ਆਲਰੇਡੀ ਬੀਤ ਚੁੱਕੇ ਨੇ ਅਤੇ ਉਹ ਜੋ ਪਹਿਲਾਂ ਵਾਲਾ ਮਟੀਰੀਅਲ ਹੈ ਜੋ ਆਲਰੇਡੀ ਅਸੀਂ 10-15 ਦਿਨਾਂ ਤੋਂ ਪਾ ਚੁੱਕੇ ਹਾਂ ਉਹ ਵੀ ਤੁਹਾਨੂੰ ਮਿਲ ਜਾਊਗਾ ਅਤੇ ਜੋ ਨਵਾਂ ਮਟੀਰੀਅਲ ਹੈ ਉਹ ਵੀ ਡੇ ਬਾਏ ਡੇ ਤੁਹਾਨੂੰ ਮਿਲਦਾ ਰਹੂਗਾ। ਕਿਉਂਕਿ ਕਾਫੀ ਸਾਰੇ ਕੈਂਡੀਡੇਟ ਨੂੰ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਨੂੰ ਇਹ ਚੀਜ਼ ਕਲੀਅਰ ਨਹੀਂ ਹੁੰਦੀ ਕਿ ਅੱਜ ਦੇ ਦਿਨ ਆਪਾਂ ਕੀ ਪੜ੍ਹਨਾ, ਇਸੇ ਕਰਕੇ ਹੀ ਇਹ ਜੋ ਪੂਰਾ ਕੋਰਸ ਹੈ ਮੈਂ ਕ੍ਰੀਏਟ ਕੀਤਾ। ਠੀਕ ਹੈ, ਤਾਂ ਜਦੋਂ ਤਾਂ ਹੀ ਤੁਹਾਡਾ ਐਗਜ਼ਾਮ ਕੰਪਲੀਟ ਨਹੀਂ ਹੁੰਦਾ, 25 ਤਰੀਕ ਨੂੰ ਜਦੋਂ ਤੁਹਾਡਾ ਐਗਜ਼ਾਮ ਹੈ ਉਹ ਕੰਪਲੀਟ ਨਹੀਂ ਹੁੰਦਾ ਉਦੋਂ ਤਾਂ ਹੀ ਤੁਹਾਨੂੰ ਜੋ ਇਹ ਜੋ ਕੋਰਸ ਹੈ ਇਸ ਦੇ ਵਿੱਚ ਨੋਟਸ ਪ੍ਰੋਵਾਈਡ ਹੁੰਦੇ ਰਹਿਣਗੇ। ਠੀਕ ਹੈ, ਅਤੇ ਕਾਫੀ ਘੱਟ ਅਸੀਂ ਇਹਦੇ ਚਾਰਜਸ ਰੱਖਿਆ। ਬਾਕੀ ਪੂਰੀ ਜੋ ਡਿਟੇਲ ਆ ਉਹ ਤੁਸੀਂ 7307474774 ਦੇ ਉੱਤੇ ਮੈਸੇਜ ਕਰਕੇ ਪਾ ਸਕਦੇ ਹੋ। ਬਸ ਇਹ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣੀ ਸੀ ਅਤੇ ਹੁਣ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਲੈਸਨ ਦੇ ਵਿੱਚ। ਥੈਂਕ ਯੂ।